ਸਤਿ ਸ਼੍ਰੀ ਅਕਾਲ ਦੋਸਤੋ, ਸਾਰੇ ਵਿਊਅਰਸ ਦਾ ਸਾਡੇ ਚੈਨਲ ਸਰਕਾਰੀ ਨੌਕਰੀ ਵਿੱਚ ਨਿੱਘਾ ਸਵਾਗਤ ਹੈ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਦਾ ਸਬਸਕ੍ਰਾਈਬ ਦਬਾਉਣਾ ਨਾ ਭੁੱਲਣਾ ਅਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰ ਦੇਣਾ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਨੋਟੀਫਿਕੇਸ਼ਨ ਬਾਰੇ ਪਤਾ ਲੱਗ ਸਕੇ ਅਤੇ ਅਸੀਂ ਹੋਰ ਤੁਹਾਡੇ ਲਈ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹੀਏ। ਇਸ ਸਾਈਟ ਦੇ ਉੱਤੇ ਜਾ ਕੇ ਆਪਾਂ ਹੁਣ ਰਜਿਸਟ੍ਰੇਸ਼ਨ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਲਿੱਕ ਕਰਾਂਗੇ ਰਜਿਸਟ੍ਰੇਸ਼ਨ ਦੇ ਉੱਤੇ। ਬਾਕੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਮੈਂ ਇਸਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ। ਸਭ ਤੋਂ ਪਹਿਲਾਂ ਕਲਿੱਕ ਕਰੋ ਰਜਿਸਟ੍ਰੇਸ਼ਨ ਦੇ ਉੱਤੇ। ਹਾਂ, ਇਹ ਵੈਬਸਾਈਟ ਤੁਹਾਡੇ ਸਾਹਮਣੇ ਓਪਨ ਹੋਏਗੀ। ਹੁਣ ਆਪਾਂ ਇੱਥੇ ਜੋ ਡਿਟੇਲਸ ਫਿਲ ਕਰਨੀਆਂ ਨੇ ਉਹ ਆਪਣੇ 10ਵੀਂ ਕਲਾਸ ਦੇ ਸਰਟੀਫਿਕੇਟ ਦੇ ਅਕੋਰਡਿੰਗ ਹੀ ਫਿਲ ਕਰਨੀਆਂ ਨੇ। ਨਾਮ, ਇੱਥੇ ਫਾਦਰ ਨੇਮ, ਮੋਬਾਈਲ ਨੰਬਰ, ਡੇਟ ਆਫ ਬਰਥ, ਜੋ ਵੀ ਆਪਣੀ ਡੇਟ ਆਫ ਬਰਥ ਆਪਾਂ ਇੱਥੇ ਸਿਲੈਕਟ ਕਰ ਸਕਦੇ ਹਾਂ। ਆਪਾਂ ਡ੍ਰੌਪ ਡਾਊਨ ਦੇ ਵਿੱਚੋਂ ਸਾਲ ਸਿਲੈਕਟ ਕਰਾਂਗੇ ਸਭ ਤੋਂ ਪਹਿਲਾਂ। ਹੁਣ ਮੰਥ, ਫਿਰ ਡੇਟ, ਉਸ ਤੋਂ ਬਾਅਦ ਜੈਂਡਰ, ਮੇਲ, ਫੀਮੇਲ ਜਾਂ ਟਰਾਂਸਜੈਂਡਰ, ਜੋ ਵੀ ਜੈਂਡਰ ਹੈ ਤੁਸੀਂ ਇੱਥੇ ਕਲਿੱਕ ਕਰਕੇ ਤੁਸੀਂ ਸਿਲੈਕਟ ਕਰ ਸਕਦੇ ਹੋ। ਅਗਰ ਤੁਸੀਂ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ, SC, OBC, ST, ਤਾਂ ਤੁਸੀਂ ਸਰਟੀਫਿਕੇਟ ਅਪਲੋਡ ਕਰ ਸਕਦੇ ਹੋ, ਨਹੀਂ ਤੁਸੀਂ ਅਨਰਿਜ਼ਰਵ ਤੇ ਕਲਿੱਕ ਕਰ ਸਕਦੇ ਹੋ। ਕੀ ਤੁਸੀਂ EWS ਨੂੰ ਬਿਲੋਂਗ ਕਰਦੇ ਹੋ? ਦੈਨ ਨੋ। ਕੀ ਤੁਸੀਂ ਡਿਸੇਬਲਡ ਪਰਸਨ ਹੋ? ਤਾਂ ਉੱਤੇ ਨੋ। ਉਸ ਤੋਂ ਬਾਅਦ ਤੁਸੀਂ 10th ਕਿਹੜੇ ਸਰਕਲ ਦੇ ਵਿੱਚੋਂ ਕੀਤੀ ਹੈ, ਪੰਜਾਬ, ਹਰਿਆਣਾ, ਹਿਮਾਚਲ, ਜੋ ਵੀ ਤੁਸੀਂ ਕੀਤੀ ਉਹ ਸਟੇਟ ਸਿਲੈਕਟ ਕਰਨਾ ਹੈ। ਪੰਜਾਬ, ਕਿਹੜੇ ਸਾਲ ਵਿੱਚ ਤੁਸੀਂ ਆਪਣੀ 10th ਪਾਸ ਕੀਤੀ ਹੈ? 2011। ਇੱਥੇ ਸਾਈਜ਼ ਜੋ ਆਪਣਾ ਹੋਏਗਾ, JPG ਸਾਈਜ਼ 50 KB ਤੱਕ ਦਾ ਹੋਏਗਾ। 50 KB ਤੱਕ ਦੀ ਜ਼ਿਆਦਾ ਫੋਟੋ ਨਹੀਂ ਹੋਏਗੀ ਅਪਲੋਡ ਇਸ ਦੇ ਵਿੱਚ। ਤੇ ਇਹਨਾਂ ਦੀ ਜੋ ਡਾਇਮੈਂਸ਼ਨ ਹੋਏਗੀ 200 ਤੋਂ ਲੈ ਕੇ 230 ਪਿਕਸਲ ਤੱਕ ਹੋਏਗੀ। ਮੈਂ ਇਹਨਾਂ ਦਾ ਸਾਈਜ਼ ਪਹਿਲੇ ਬਣਾ ਰੱਖਿਆ, ਤੁਸੀਂ ਆਪਣਾ ਸਾਈਜ਼ ਪੇਂਟ ਦੇ ਵਿੱਚ ਜਾ ਕੇ ਸੈੱਟ ਕਰ ਸਕਦੇ ਹੋ। ਹੁਣ ਇੱਥੇ ਆਪਾਂ ਕੈਪਚਾ ਫਿਲ ਕਰਾਂਗੇ, N3E4H। ਉਸ ਤੋਂ ਬਾਅਦ ਅਗਰ ਆਪਾਂ ਪ੍ਰੀਵਿਊ ਦੇਖਣਾ ਹੈ ਤਾਂ ਆਪਾਂ ਪ੍ਰੀਵਿਊ ਵੀ ਦੇਖ ਸਕਦੇ ਹਾਂ ਕਿ ਆਪਾਂ ਡਿਟੇਲ ਜੋ ਸਬਮਿਟ ਕੀਤੀਆਂ ਨੇ ਉਹ ਸਹੀ ਨੇ ਜਾਂ ਗਲਤ ਨੇ, ਤਾਂ ਤੁਸੀਂ ਉਸਦੇ ਚੇਂਜ ਕਰ ਸਕਦੇ ਹੋ। ਹੁਣ ਪ੍ਰੀਵਿਊ ਸਹੀ ਹੋ ਗਿਆ, ਹੁਣ ਮੈਂ ਡਿਕਲੇਅਰ ਕਰੂੰਗਾ, ਦੈਨ ਸਬਮਿਟ। ਹੁਣ ਇਹ ਫੋਰਮ ਤੁਹਾਡਾ ਸਬਮਿਟ ਹੋ ਜਾਏਗਾ। ਸਬਮਿਟ ਹੋਣ ਤੋਂ ਬਾਅਦ ਇੱਕ ਤੁਹਾਡੇ ਫੋਨ ਦੇ ਉੱਤੇ ਮੈਸੇਜ ਆਏਗਾ ਜਿਸਦੇ ਵਿੱਚ ਇੱਕ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਏਗਾ। ਸਾਰਾ ਕੁਝ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਹੁਣ ਇੱਕ ਰਜਿਸਟ੍ਰੇਸ਼ਨ ਨੰਬਰ ਆਇਆ। ਹੁਣ ਜਾਂ ਤਾਂ ਆਪਾਂ ਇਸਨੂੰ ਪ੍ਰਿੰਟ ਲੈ ਸਕਦੇ ਜਾਂ ਇਸਨੂੰ ਵੈਸੇ ਹੀ ਸੇਵ ਕਰ ਸਕਦੇ ਐਜ਼ ਏ PDF। ਮੈਂ ਹੁਣ ਇੱਕ ਵਾਰੀ ਇਸਨੂੰ ਐਜ਼ ਏ PDF ਸੇਵ ਕਰ ਰਿਹਾ ਉਰੇ, ਤਾਂ ਕਿ ਆਪਾਂ ਨੂੰ ਇਨ ਫਿਊਚਰ ਅਗਰ ਇਸਦੀ ਜ਼ਰੂਰਤ ਪਵੇ ਤਾਂ ਆਪਾਂ ਇਸਨੂੰ ਦੁਬਾਰਾ ਚੱਕ ਸਕੀਏ ਇੱਥੋਂ। ਹੁਣ ਮੈਂ ਇਸਨੂੰ ਸੇਵ ਜੋ ਵੀ ਤੁਸੀਂ ਡੈਸਟੀਨੇਸ਼ਨ ਦੇਣਾ ਚਾਹੁੰਦੇ ਹੋ ਉਸਦੇ ਜਾ ਕੇ ਸੇਵ ਕਰ ਸਕਦੇ ਇਸਨੂੰ। ਉਸ ਤੋਂ ਮੈਂ ਇੱਥੋਂ ਰਜਿਸਟ੍ਰੇਸ਼ਨ ਨੰਬਰ ਕਾਪੀ ਕਰ ਲੂੰਗਾ ਜੋ ਮੈਂ ਫੋਲਡਰ ਦੇ ਸਿਲੈਕਟ ਕੀਤਾ। ਬਾਕੀ ਇੱਕ ਤੁਹਾਡੇ ਫੋਨ ਦੇ ਉੱਤੇ ਮੈਸੇਜ ਆਇਆ ਹੋਵੇਗਾ ਜਿਸਦੇ ਵਿੱਚ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਦਿੱਤਾ ਹੋਵੇਗਾ ਇਹਨਾਂ ਦੇ, ਉਹ ਰਜਿਸਟ੍ਰੇਸ਼ਨ ਦੇ ਬਿਹਾਫ ਤੇ ਤੁਸੀਂ ਇੱਥੇ ਫੀਸ ਪੇਮੈਂਟ ਕਰਨੀ ਹੈ। ਹੁਣ ਮੈਂ ਤੁਹਾਨੂੰ ਦਿਖਾਊਂਗਾ ਕਿ ਲੇਡੀਜ਼ ਲਈ ਫੀਸ ਅਲਾਊਡ ਨਹੀਂ ਹੈ ਇੱਥੇ, ਤਾਂ ਇੱਥੇ ਆਪਾਂ ਰਜਿਸਟ੍ਰੇਸ਼ਨ ਨੰਬਰ ਪਾਵਾਂਗੇ ਇੱਥੋਂ ਕਾਪੀ ਕਰਕੇ। ਤੁਸੀਂ ਰਜਿਸਟ੍ਰੇਸ਼ਨ ਨੰਬਰ ਮੈਨੂਅਲ ਵੀ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਉਸ ਵਿੱਚ। ਹੁਣ ਇਸ ਤੋਂ ਬਾਅਦ ਨੈਕਸਟ ਕਰੂੰਗਾ ਤਾਂ ਇੱਥੇ ਆ ਗਿਆ, ਫੀਸ ਇਜ਼ ਨੋਟ ਰਿਕੁਆਇਰਡ ਫੋਰ SC ST ਫੀਮੇਲ ਟਰਾਂਸਜੈਂਡਰ ਫੀਮੇਲ ਔਰ ਫਿਜ਼ੀਕਲੀ ਹੈਂਡੀਕੈਪ ਪਰਸਨ, ਯਾਨੀ ਇਹਨਾਂ ਲਈ ਫੀਸ ਦੀ ਕੋਈ ਉਹ ਨਹੀਂ ਹੈ। ਹੁਣ ਆਪਾਂ ਇਸਨੂੰ ਕਲੋਜ਼ ਕਰਾਂਗੇ, ਆਪਾਂ ਚੱਲਾਂਗੇ ਤੀਸਰੇ ਪੁਆਇੰਟ, ਅਪਲਾਈ ਆਨਲਾਈਨ, ਜਿੱਥੇ ਆਪਾਂ ਜਾ ਕੇ ਇਹਨਾਂ ਦੀ ਸਾਰੀ ਡਿਟੇਲ ਸਬਮਿਟ ਕਰਾਂਗੇ। ਰਜਿਸਟ੍ਰੇਸ਼ਨ ਨੰਬਰ ਆਪਾਂ ਇਸ ਦੇ ਉੱਤੇ ਐਂਟਰ ਕਰਾਂਗੇ, ਇਸ ਤੋਂ ਬਾਅਦ ਆਪਾਂ ਸਰਕਲ ਸਿਲੈਕਟ ਕਰਾਂਗੇ ਜਿਸ ਲਈ ਆਪਾਂ ਅਪਲਾਈ ਕਰਨਾ ਹੈ, ਦੈਨ ਸਬਮਿਟ। ਹੁਣ ਇੱਕ OTP ਆਏਗਾ ਤੁਹਾਡੇ ਫੋਨ ਦੇ ਉੱਤੇ ਜਿਸ ਦੇ ਨਾਲ ਤੁਸੀਂ ਇਸ ਸਾਈਟ ਦੇ ਵਿੱਚ ਲੌਗਇਨ ਕਰ ਸਕਦੇ ਹੋ। ਆਪਾਂ ਇਸਦੇ ਵਿੱਚ OTP ਫਿਲ ਕਰਾਂਗੇ, ਇਸਦੇ ਵਿੱਚ OTP ਆਏਗਾ, ਉਹ 4 ਅੱਖਰਾਂ ਦਾ ਹੋਏਗਾ, 3AED। ਇਹ OTP ਮੇਰੇ ਫੋਨ ਦੇ ਉੱਤੇ ਆਇਆ, ਚਲੋ ਉਸ ਨੂੰ ਮੈਂ ਸਬਮਿਟ ਕਰ ਰਿਹਾ ਹੁਣ ਇਸ ਟਾਈਮ। ਇਸ ਤੋਂ ਬਾਅਦ ਇੱਕ ਆਪਣੇ ਸਾਹਮਣੇ ਐਪਲੀਕੇਸ਼ਨ ਫੋਰਮ ਖੁੱਲੇਗਾ ਪੂਰਾ, ਤੇ ਆਪਾਂ ਐਪਲੀਕੇਸ਼ਨ ਫੋਰਮ ਨੂੰ ਪੂਰਾ ਕਰਨਾ। ਹੁਣ ਆਪਾਂ ਇਸਦੇ ਵਿੱਚ ਆਧਾਰ ਕਾਰਡ ਨੰਬਰ ਫਿਲ ਕਰਨਾ ਕੈਂਡੀਡੇਟ ਦਾ, ਆਪਾਂ ਆਧਾਰ ਕਾਰਡ ਨੰਬਰ ਫਿਲ ਕਰਾਂਗੇ। ਉਸ ਤੋਂ ਬਾਅਦ ਈਮੇਲ ID ਆਪਾਂ ਜੋ ਵੀ ਫਿਲ ਕਰਨਾ ਚਾਹੀਏ, ਆਪਣਾ ਕੋਈ ਵੀ ਈਮੇਲ ID ਤੁਸੀਂ ਫਿਲ ਕਰ ਸਕਦੇ ਹੋ, ਈਮੇਲ ID ਵੈਸੇ ਆਪਸ਼ਨਲ ਹੈ। ਉਸ ਤੋਂ ਬਾਅਦ ਤੁਸੀਂ ਇਸਦੇ ਵਿੱਚ ਜੋ ਕੰਮ ਕਰਦੇ ਹੋ, ਅਗਰ ਤੁਸੀਂ ਸਟੂਡੈਂਟ ਹੋ ਦੈਨ ਸਟੂਡੈਂਟ ਅਪਲਾਈ ਕਰ ਸਕਦੇ, ਦੈਨ ਸਟੂਡੈਂਟ। ਹੁਣ ਤੁਹਾਨੂੰ ਸਾਈਕਲ ਚਲਾਉਣਾ ਆਉਂਦਾ ਹੈ ਤਾਂ ਯੈਸ, ਅਗਰ ਨਹੀਂ ਆਉਂਦਾ ਦੈਨ ਨੋ। ਅਗਰ ਤੁਸੀਂ ਜੋਬ ਦੇ ਉੱਤੇ ਹੋ, ਤੁਹਾਨੂੰ ਕੋਈ NOC ਚਾਹੀਦੀ ਹੈ, ਤੁਸੀਂ ਉਸਦੇ ਲਈ ਯੈਸ ਔਰ ਨੋ ਦੇ ਵਿੱਚ ਅਪਲਾਈ ਕਰ ਸਕਦੇ। ਆਪਾਂ ਇੱਥੇ ਫਿਲ ਕਰਾਂਗੇ ਐਡਰੈਸ, ਸਟੇਟ, ਸਿਟੀ ਨੇਮ, ਡਿਸਟ੍ਰਿਕਟ ਨੇਮ ਐਂਡ ਪਿੰਨ ਕੋਡ। ਅਗਰ ਤੁਹਾਡਾ ਪਰਮਾਨੈਂਟ ਤੇ ਐਡਰੈਸ ਸੇਮ ਹੈ ਤਾਂ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ, ਦੋਨੋਂ ਐਡਰੈਸ ਸੇਮ ਹੋ ਜਾਏ। ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਆਪਣੀ ਜਦੋਂ ਕਲਾਸ ਪਾਸ ਕੀਤੀ ਹੈ ਉਸ ਟਾਈਮ ਤੁਸੀਂ ਕਿਹੜੇ ਸੈਸ਼ਨ ਦੇ ਵਿੱਚ ਪਾਸ ਕੀਤੀ ਹੈ? ਹੁਣ ਤੁਸੀਂ 2011 ਚ ਪਾਸ ਕੀਤੀ ਹੈ ਤਾਂ ਤੁਹਾਡਾ 11-12 ਆਏਗਾ। ਉਸ ਤੋਂ ਬਾਅਦ ਤੁਸੀਂ ਰਿਜ਼ਲਟ ਟਾਈਪ ਦੇ ਵਿੱਚ ਜਾਣਾ ਹੈ। ਰਿਜ਼ਲਟ ਟਾਈਪ ਦੇ ਵਿੱਚ ਕੀ ਹੋਏਗਾ, ਤੁਸੀਂ ਉਹਨਾਂ ਦੇ ਮਾਰਕਸ ਨੇ ਜੋ ਪਰਸੈਂਟੇਜ ਦੇ ਵਿੱਚ ਆਏ ਨੇ ਤੁਹਾਡੇ ਜਾਂ ਫਿਰ ਤੁਹਾਡੇ ਗ੍ਰੇਡ ਦੇ ਵਿੱਚ ਨੇ, ਆਪਾਂ ਮਾਰਕਸ ਲਿਖਾਂਗੇ ਇਸ ਦੇ ਵਿੱਚ ਤਾਂ ਕਿ ਆਪਾਂ ਨੂੰ ਈਜ਼ੀ ਰਹੇ ਲਿਖਣਾ। ਆਪਾਂ ਸਰਟੀਫਿਕੇਟ ਨੰਬਰ ਲਿਖ 187697। ਕੋਈ ਤੁਹਾਡੀ ਸਪਲੀ ਆਈ ਹੈ? ਨਹੀਂ। ਹੁਣ ਉਸ ਤੋਂ ਬਾਅਦ ਤੁਸੀਂ ਸਬਜੈਕਟ ਚੂਜ਼ ਕਰਕੇ ਇਸ ਦੇ ਵਿੱਚ ਆਪਣੇ ਨੰਬਰ ਫਿਲ ਕਰ ਸਕਦੇ ਹੋ। ਹਿੰਦੀ, ਹਿੰਦੀ ਤੋਂ ਬਾਅਦ ਇਹ ਪ੍ਰੋਸੈਸਿੰਗ ਲਏਗਾ ਜੋ ਤੁਸੀਂ ਐਡੀਸ਼ਨਲ ਸਬਜੈਕਟ ਚੂਜ਼ ਕਰਦੇ ਹੋ। ਉਸ ਤੋਂ ਬਾਅਦ ਇਹ ਪੁਆਇੰਟ ਲਿਖ ਸਕਦੇ ਹੋ ਤੁਸੀਂ। ਹਿੰਦੀ ਦੇ ਵਿੱਚ ਹੁਣ ਨੰਬਰ ਲਿਖ ਰਿਹਾ ਮੈਂ 138।
ਉਸ ਤੋਂ ਬਾਅਦ ਇੰਗਲਿਸ਼, ਇੰਗਲਿਸ਼ ਦੇ ਵਿੱਚ ਨੰਬਰ ਆਏ ਨੇ 134, ਮੈਥਮੈਟਿਕਸ, ਮੈਥਮੈਟਿਕਸ ਚੋਂ ਆਏ ਨੇ 163, ਪੰਜਾਬੀ, ਪੰਜਾਬੀ ਚੋਂ ਆਏ ਨੇ 236, ਸਾਇੰਸ, ਸਾਇੰਸ ਦੇ ਵਿੱਚੋਂ ਨੰਬਰ ਆਏ ਨੇ 141, ਸੋਸ਼ਲ ਸਟੱਡੀਜ਼, ਸੋਸ਼ਲ ਸਟੱਡੀਜ਼ ਚੋਂ ਆਏ ਨੇ 142, ਐਂਡ ਲਾਸਟ ਸਬਜੈਕਟ ਤੁਹਾਨੂੰ ਕੋਈ ਇਲੈਕਟਿਵ ਸਬਜੈਕਟ ਚੂਜ਼ ਕਰਨਾ ਪਏਗਾ, ਤਾਂ ਤੁਸੀਂ ਇੱਥੇ ਕੋਈ ਵੀ ਸਬਜੈਕਟ ਪਾ ਕੇ ਉਸਦਾ ਗ੍ਰੇਡ ਚੂਜ਼ ਕਰ ਸਕਦੇ ਹੋ। ਹੁਣ ਦੇਖੋ ਇੱਥੇ ਪ੍ਰੋਸੈਸਿੰਗ ਦੇ ਵਿੱਚ ਫਿਰ ਟਾਈਮ ਲੈ ਰਿਹਾ, ਆਪਾਂ ਕੋਈ ਵੀ ਇੱਥੋਂ ਗ੍ਰੇਡ ਚੂਜ਼ ਕਰ ਸਕਦੇ ਹਾਂ, ਇਹ ਗ੍ਰੇਡ ਕੰਪਿਊਟਰ ਦੇ ਅਕੋਰਡਿੰਗ। ਕਿ ਤੁਸੀਂ ਕੰਪਿਊਟਰ ਜਾਂ ਕੋਈ ਇਲੈਕਟਿਵ ਸਬਜੈਕਟ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਦੇ ਚੋਂ ਕਰ ਸਕਦੇ ਹੋ। ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਏ ਪਲੱਸ ਐਂਡ ਕੰਪਿਊਟਰ ਸਾਇੰਸ ਦੇ ਵਿੱਚ ਏ ਪਲੱਸ। ਉਸ ਤੋਂ ਬਾਅਦ ਤੁਸੀਂ ਆਪਣਾ ਡਿਕਲੇਅਰ ਕਰਨਾ ਜਾਂ ਪ੍ਰੀਵਿਊ ਦੇਖਣਾ, ਉਹ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਦੇਖ ਸਕਦੇ ਹੋ। ਸੇਵ ਐਂਡ ਕੰਟੀਨਿਊ। ਹੁਣ ਤੁਸੀਂ ਇਹ ਐਪਲੀਕੇਸ਼ਨ ਨੂੰ ਅੱਗੇ ਸੇਵ ਕਰਕੇ ਕੰਟੀਨਿਊ ਕਰ ਸਕਦੇ ਹੋ। ਮੈਂ ਦੇਖੋ ਇਹਨਾਂ ਦਾ ਚੱਕ ਰੱਖਿਆ, ਤਾਂ ਮੈਂ ਉਸਦੇ ਵਿੱਚ ਚੱਕ ਰੱਖਿਆ, ਤਾਂ ਮੈਂ ਉਸਦੇ ਵਿੱਚ ਜਸਟ ਅਪਲੋਡ ਹੀ ਕਰਨੇ ਹਨ। ਮੈਂ ਸਿਲੈਕਟ ਕਰੂੰਗਾ 10th ਕਲਾਸ ਦਾ ਸਰਟੀਫਿਕੇਟ, ਜਿਸ ਲੋਕੇਸ਼ਨ ਤੇ ਤੁਸੀਂ 10th ਦਾ ਸਰਟੀਫਿਕੇਟ ਰੱਖਿਆ ਉਹ ਡਰਾਈਵ ਦੇ ਵਿੱਚ ਅਟੈਚ ਕਰੋ। ਉਸ ਤੋਂ ਬਾਅਦ ਕੋਈ ਵੀ ਮਾਰਕਸ਼ੀਟ ਪਲੱਸ ਟੂ ਜਾਂ ਕੋਈ ਹੋਰ ਤੁਹਾਨੂੰ ਕਰ ਸਕਦੇ ਹੋ, ਅਦਰਵਾਈਜ਼ ਇਹ ਆਪਸ਼ਨਲ ਹੈ। ਉਸ ਤੋਂ ਬਾਅਦ ਤੁਸੀਂ ਡੇਟ ਆਫ ਬਰਥ ਦਾ ਪਰੂਫ ਅਪਲੋਡ ਕਰਨਾ ਇਸ ਵਿੱਚ। ਡੇਟ ਆਫ ਬਰਥ ਲਈ ਤੁਹਾਡਾ 10ਵੀਂ ਸਰਟੀਫਿਕੇਟ ਵੀ ਹੋ ਸਕਦਾ ਹੈ, ਜਾਂ ਫਿਰ ਤੁਹਾਡਾ ਆਧਾਰ ਕਾਰਡ ਹੋ ਸਕਦਾ, ਜਾਂ ਵੋਟਰ ਕਾਰਡ ਹੋ ਸਕਦਾ, ਜੋ ਵੀ ਤੁਸੀਂ ਅਪਲੋਡ ਕਰਨਾ ਚਾਹੋ। ਮੈਂ ਹੁਣ ਇਸ ਦੇ ਵਿੱਚ ਡੇਟ ਆਫ ਬਰਥ ਦੀ ਜਗ੍ਹਾ ਤੇ 10th ਦਾ ਸਰਟੀਫਿਕੇਟ ਦੁਬਾਰਾ ਅਪਲੋਡ ਕਰੂੰਗਾ, ਕਿਉਂਕਿ 10th ਦੇ ਸਰਟੀਫਿਕੇਟ ਦੇ ਉੱਪਰ ਵੀ ਡੇਟ ਆਫ ਬਰਥ ਬਿਲਕੁਲ ਸਹੀ ਹੁੰਦੀ ਹੈ ਤੁਹਾਡੀ। ਇਸ ਦਾ ਸਾਈਜ਼ ਵੀ ਸੇਮ ਹੀ ਰਹੇਗਾ, 200 KB ਤੱਕ ਦਾ। ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਕੰਪਿਊਟਰ ਸਰਟੀਫਿਕੇਟ ਹੈ ਤਾਂ ਤੁਸੀਂ ਉੱਥੇ ਅਪਲੋਡ ਕਰ ਸਕਦੇ ਹੋ, ਅਗਰ ਨਹੀਂ ਹੈ ਤਾਂ ਤੁਸੀਂ ਉਸਨੂੰ ਛੋੜ ਸਕਦੇ ਹੋ। ਦੇਖੋ ਆਪਾਂ ਕੰਪਿਊਟਰ ਸਰਟੀਫਿਕੇਟ ਦੇ ਵਿੱਚ, ਦੈਨ ਉਸ ਤੋਂ ਬਾਅਦ ਤੁਸੀਂ ਇੱਥੇ ਸਭ ਜਗ੍ਹਾ ਟਿਕ ਕਰੋ, ਤੁਹਾਡਾ ਡੈਕਲੇਰੇਸ਼ਨ ਹੈ ਕਿ ਤੁਸੀਂ ਸਭ ਕੁਝ ਪੜ੍ਹ ਲਿਆ, ਤੁਹਾਡੇ ਰਾਹੀਂ ਕੋਈ ਵੀ ਦਿੱਤੀ ਗਈ ਇਨਫੋਰਮੇਸ਼ਨ ਗਲਤ ਨਹੀਂ ਹੈ। ਸੇਵ ਐਂਡ ਕੰਟੀਨਿਊ। ਉਸ ਤੋਂ ਬਾਅਦ ਯੈਸ, ਤੁਸੀਂ ਅੱਗੇ ਇਸ ਨੂੰ ਸਬਮਿਟ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਤੁਹਾਡਾ ਜੋ ਖੁੱਲੇਗਾ ਪੋਰਟਲ, ਉਸਦੇ ਵਿੱਚ ਤੁਸੀਂ ਆਪਣੀ ਪ੍ਰੈਫਰੈਂਸ ਸਿਲੈਕਟ ਕਰਨੀ ਹੋਏਗੀ ਕਿ ਤੁਸੀਂ ਕਿਸ ਸਰਕਲ ਲਈ ਅਪਲਾਈ ਕਰਨਾ ਚਾਹੁੰਦੇ ਹੋ ਔਰ ਕਿਹੜੀ ਲੋਕੇਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹੋ। ਹੁਣ ਦੇਖੋ ਇਹ ਡੇਟਾ ਸਕਸੈਸਫੁਲ ਸੇਵ ਹੋ ਗਿਆ। ਉਸ ਤੋਂ ਬਾਅਦ ਤੁਹਾਡੀ ਪ੍ਰੈਫਰੈਂਸ ਪੁੱਛੀ ਗਈ ਹੈ ਕਿ ਤੁਸੀਂ ਕਿਸ ਪ੍ਰੈਫਰੈਂਸ ਲਈ ਅਪਲਾਈ ਕਰਨਾ ਚਾਹੁੰਦੇ ਹੋ। ਫਸਟ ਹਿਸਾਰ, ਉਸ ਤੋਂ ਬਾਅਦ ਤੁਸੀਂ ਕਿਸ ਸਿਟੀ ਲਈ ਅਪਲਾਈ ਕਰਨਾ ਚਾਹੁੰਦੇ ਹੋ। ਹਿਸਾਰ ਦੇ ਵਿੱਚ ਉਹ ਨੀਚੇ ਸਾਰੇ ਸਿਟੀਜ਼ ਤੁਹਾਨੂੰ ਮੈਂਸ਼ਨ ਹੋ ਜਾਣਗੇ ਨੀਚੇ। ਸੇਵ ਐਂਡ ਪ੍ਰਿੰਟ, ਸੇਵ ਪ੍ਰਿੰਟ। ਉਸ ਤੋਂ ਬਾਅਦ ਤੁਹਾਡੀ ਪ੍ਰੈਫਰੈਂਸ ਸੇਵ ਹੋ ਜਾਂਦੀ ਹੈ ਤੇ ਤੁਹਾਨੂੰ ਇੱਕ ਪ੍ਰਿੰਟ ਮਿਲ ਜਾਂਦਾ ਹੈ। ਇਸ ਦਾ ਤੁਸੀਂ ਪ੍ਰਿੰਟ ਸੰਭਾਲ ਕੇ ਰੱਖਣਾ, ਇਹ ਤੁਹਾਡੇ ਪੇਪਰ ਤੋਂ ਪਹਿਲਾਂ ਕੰਮ ਆਏਗਾ। ਹੁਣ ਤੁਸੀਂ ਇਸ ਨੂੰ ਪ੍ਰਿੰਟ ਕਰਕੇ ਰੱਖ ਸਕਦੇ ਹੋ ਆਰਾਮ ਨਾਲ, ਜਾਂ ਤੁਸੀਂ ਇਸ ਨੂੰ ਆਪਣੇ ਡਰਾਈਵ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ। ਹੁਣ ਮੈਂ ਇਸ ਨੂੰ ਸੇਵ ਕਰਕੇ ਰੱਖ ਦਿੰਦਾ ਦੁਬਾਰਾ। ਸੇਵ, ਸੇਵ ਐਜ਼ ਲੋਕੇਸ਼ਨ। ਇਸ ਨੂੰ ਮੈਂ ਕੋਈ ਹੋਰ ਨਾਮ ਦੇ ਦਿੰਦਾ, ਨਾਲ ਮੈਂ ਫਾਈਲ ਲਿਖ ਕੇ ਦੇਖੋ ਸਬਮਿਟ ਕਰਤਾ। ਹੁਣ ਜੇ ਤੁਹਾਨੂੰ ਸਾਡਾ ਦੇਖੋ ਇਹ ਸਾਰਾ ਕੀਤਾ ਹੋਇਆ ਕੰਮ ਵਧੀਆ ਲੱਗਿਆ, ਤੁਹਾਨੂੰ ਸਾਡੇ ਚੈਨਲ ਦੁਆਰਾ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ, ਤਾਂ ਤੁਸੀਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ।